ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਮਹਿਲਾ ਸਵਾਰੀ ਤੇ ਕੰਡਕਟਰ ਤੇ ਬੱਸ ਦੇ ਡਰਾਈਵਰ ਦੇ ਵਿਚਕਾਰ ਤਿੱਖੀ ਬਹਿਸ ਹੋਈ ਹੈ। ਪੰਗਾ ਪਿਆ ਹੈ ਇੱਥੇ ਕਿਉਂਕਿ ਜਦੋਂ ਇਹ ਮਹਿਲਾ ਸਵਾਰੀ ਬੱਸ ਦੇ ਵਿੱਚੋਂ ਉਤਰਨ ਲੱਗੀ ਤਾਂ ਬੱਸ ਦੇ ਡਰਾਈਵਰ ਨੇ ਬੱਸ ਚਲਾ ਦਿੱਤੀ। ਬਿਨਾਂ ਇਹ ਦੇਖੇ ਕਿ ਮਹਿਲਾ ਉਤਰੀ ਹੈ ਜਾਂ ਨਹੀਂ, ਉਸਨੇ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਇਹ ਔਰਤ ਸੜਕ ਤੇ ਡਿੱਗ ਗਈ। ਇਸ ਨੂੰ ਸੱਟਾਂ ਲੱਗੀਆਂ ਤਾਂ ਉਸ ਤੋਂ ਬਾਅਦ ਸਵਾਰੀਆਂ ਨੇ ਬੱਸ ਰੁਕਵਾ ਕੇ ਹੰਗਾਮਾ ਕੀਤਾ। ਇੱਥੇ ਸੜਕ ਵਿਚਾਲੇ ਹੀ ਗਾਹ ਪਿਆ ਦਿਖਿਆ ਹੈ, ਜਿਸ ਵਿੱਚ ਇੱਕ ਕੰਡਕਟਰ ਬੱਸ ਡਰਾਈਵਰ ਵੀ ਤਿੱਖੀ ਬਹਿਸ ਕਰਦੇ ਨਜ਼ਰ ਆਏ ਨੇ ਤੇ ਔਰਤ ਦੇ ਪਰਿਵਾਰ ਦੇ ਵੱਲੋਂ ਵੀ ਇੱਥੇ ਹੰਗਾਮਾ ਕੀਤਾ ਗਿਆ। ਤਸਵੀਰਾਂ ਰਾਜਪੁਰਾ ਦੀਆਂ ਨੇ ਜਿੱਥੇ ਬਨੂੜ ਬੱਸ ਸਟੈਂਡ ਤੇ PRTC ਦੇ ਡਰਾਈਵਰ, ਕੰਡਕਟਰ ਤੇ ਸਵਾਰੀਆਂ ਦੇ ਵਿਚਾਲੇ ਇਹ ਭਾਰੀ ਹੰਗਾਮਾ ਹੋਇਆ। ਦਰਅਸਲ ਪਟਿਆਲਾ ਤੋਂ ਚੰਡੀਗੜ੍ਹ ਰੂਟ ਤੇ ਜਾ ਰਹੀ ਇਸ ਬੱਸ ਦੇ ਵਿੱਚੋਂ ਜਦੋਂ ਬਨੂੜ ਬੱਸ ਸਟੈਂਡ ਤੇ ਇੱਕ ਮਹਿਲਾ ਸਵਾਰੀ ਉਤਰਨ ਲੱਗੀ ਤਾਂ ਬੱਸ ਦੇ ਡਰਾਈਵਰ ਨੇ ਬੱਸ ਚਲਾ ਦਿੱਤੀ, ਜਿਸ ਕਾਰਨ ਇਹ ਸਵਾਰੀ ਡਿੱਗ ਗਈ, ਇਸ ਦੇ ਸੱਟਾਂ ਵੀ ਲੱਗੀਆਂ। ਜਿਵੇਂ ਹੀ ਇਸ ਮਹਿਲਾ ਸਵਾਰੀ ਦਾ ਪਰਿਵਾਰ ਇੱਥੇ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਵੀ ਹੰਗਾਮਾ ਕੀਤਾ ਗਿਆ। ਇੱਥੇ ਤਾਂ ਇਸ ਮਹਿਲਾ ਸਵਾਰੀ ਦੇ ਵੱਲੋਂ ਇਲਜ਼ਾਮ ਤੱਕ ਲਗਾਏ ਗਏ ਨੇ ਕਿ ਉਹਨਾਂ ਦੇ ਪਿਤਾ ਦੀ ਪੱਗ ਤੇ ਵੀ ਮੁੱਕੀਆਂ ਮਾਰੀਆਂ ਗਈਆਂ ਨੇ ਤੇ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਬਜਾਏ ਗਲਤੀ ਮੰਨਣ ਦੇ ਇੱਥੇ ਦਾਦਾਗਿਰੀ ਦਿਖਾਈ ਗਈ ਹੈ। PRTC ਦੀਆਂ ਬੱਸਾਂ ਹੋਰ ਵੀ ਇੱਥੇ ਰੁਕੀਆਂ ਹੋਈਆਂ ਸਨ ਤੇ ਉਹ ਵੀ ਇਸ ਬੱਸ ਡਰਾਈਵਰ ਤੇ ਕੰਡਕਟਰ ਦੇ ਹੱਕ 'ਚ ਆ ਕੇ ਖੜੇ ਹੋ ਗਏ, ਜਦਕਿ ਇੱਥੇ ਬੱਸ ਦੀਆਂ ਸਵਾਰੀਆਂ ਜਿਹੜੀਆਂ ਸੀ ਉਹ ਇਸ ਔਰਤ ਦਾ ਸਾਥ ਦੇ ਰਹੀਆਂ ਸਨ। ਤਿੱਖੀ ਬਹਿਸ ਹੁੰਦੀ ਨਜ਼ਰ ਆਈ ਹੈ, ਪੁਲਿਸ ਵੀ ਪਹੁੰਚੀ ਹੈ, ਪਰ ਇਸ ਵਿਚਾਲੇ ਪਿੱਛੇ 4 ਕਿਲੋਮੀਟਰ ਤੱਕ ਗੱਡੀਆਂ ਦਾ ਲੰਬਾ ਜਾਮ ਲੱਗ ਗਿਆ, ਜਿਸ ਕਰਕੇ ਰਾਹਗੀਰ ਵੀ ਕਾਫੀ ਪਰੇਸ਼ਾਨ ਹੋਏ। ਦੱਸ ਦਈਏ ਕਿ ਲੜਕੀ ਨੇ ਦੱਸਿਆ ਹੈ ਕਿ ਜਦੋਂ ਉਹ ਬੱਸ ਤੋਂ ਉਤਰਨ ਲੱਗੀ ਸੀ ਤਾਂ ਡਰਾਈਵਰ ਨੇ ਬਿਨਾਂ ਦੇਖੇ ਬੱਸ ਚਲਾ ਦਿੱਤੀ। ਉਹ ਹਾਲੇ ਤੱਕ ਪੂਰੀ ਤਰ੍ਹਾਂ ਉਤਰੀ ਵੀ ਨਹੀਂ ਸੀ, ਜਿਸ ਕਰਕੇ ਡਿੱਗ ਗਈ ਤੇ ਸੱਟਾਂ ਵੀ ਲੱਗੀਆਂ। ਤੇ ਜਦੋਂ ਇਸ ਬਾਰੇ ਕੰਡਕਟਰ ਤੇ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਜਾਏ ਉਹਨਾਂ ਨੇ ਆਪਣੀ ਗਲਤੀ ਮੰਨਣ ਦੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੇ ਨਾਲ ਹੱਥੋਂ ਪਾਈ ਵੀ ਕੀਤੀ, ਇੱਥੋਂ ਤੱਕ ਕਿ ਉਸਦੇ ਪਿਤਾ ਦੇ ਨਾਲ ਵੀ ਹੱਥੋਂ ਪਾਈ ਕੀਤੀ ਗਈ, ਪੱਗ ਨੂੰ ਹੱਥ ਪਾਇਆ ਗਿਆ। ਫਿਲਹਾਲ ਪੁਲਿਸ ਤੱਕ ਵੀ ਇਹ ਮਾਮਲਾ ਪਹੁੰਚਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਇੱਥੋਂ ਜਾਮ ਕਲੀਅਰ ਕਰਵਾ ਕੇ ਤੇ ਬਿਆਨਾਂ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਸਰੇ PRTC ਵਾਲੇ ਵੀ ਬੋਲਦੇ ਨੇ ਕਿ ਤੁਹਾਨੂੰ ਜੁਰਮਾਨਾ ਪਊਗਾ, ਐਵੇਂ ਹੋਊਗਾ, ਫਲਾਣਾ ਹੋਊਗਾ। ਅਸੀਂ ਪਟਿਆਲੇ ਤੋਂ ਬਨੂੜ ਆਉਣਾ ਸੀ ਜੀ। ਡਿੱਗਣ ਕਰਕੇ ਕੋਈ ਥੋੜ੍ਹੀ ਬਹੁਤੀ ਸੱਟ ਲੱਗੀ ਸੀ, ਆਪਸ 'ਚ PRTC ਡਰਾਈਵਰਾਂ ਨਾਲ ਬਹਿਸ ਹੋਈ ਆ ਅਤੇ ਛੋਟੀ ਜਿਹੀ ਗੱਲ ਸੀ, ਪਰ ਚਲੋ ਇਹ ਉਹਨਾਂ ਨੇ ਜਾਨ ਲਗਾ ਤਾ ਸੀ, ਪਰ ਮੌਕੇ 'ਤੇ ਪਹੁੰਚ ਕੇ ਕਲੀਅਰ ਕਰਵਾ ਤਾ। ਫਿਲਹਾਲ ਅੱਜ ਤੱਕ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ।